ਭਾਅ ਜੀ ਨਾਲ ਤਾਂ ਐਜ਼ ਆਲਵੇਜ਼ ਹਮੇਸ਼ਾ ਕੰਮ ਕਰਕੇ ਮੈਂ ਤਾਂ ਹਮੇਸ਼ਾ ਭਾਅ ਜੀ ਤੋਂ ਬਿਨਾਂ ਵੀ ਕਹਿੰਦਾ ਕਿ ਮੈਂ ਬਹੁਤ ਲੱਕੀ ਹਾਂ ਜਦੋਂ ਭਾਅ ਜੀ ਮੇਰੇ ਨਾਲ ਸੈੱਟ 'ਤੇ ਹੁੰਦੇ ਆ ਜਾਂ ਕਿਸੇ ਫਿਲਮ 'ਚ ਹੁੰਦੇ ਆ। ਇਸ ਤੋਂ ਪਹਿਲਾਂ ਵੀ ਅਸੀਂ ਮਿਸਟਰ ਐਂਡ ਮਿਸ 420 'ਚ ਕੰਮ ਕੀਤਾ ਜੀ, ਜਾਂ ਹੋਰ ਵੀ ਜਦੋਂ ਵੀ ਮਤਲਬ ਜਦੋਂ ਵੀ ਭਾਅ ਜੀ ਮੇਰੇ ਆਲੇ ਦੁਆਲੇ ਹੁੰਦੇ ਆ, ਮੈਨੂੰ ਐਂ ਹੁੰਦਾ ਕਿ ਵੱਧ ਤੋਂ ਵੱਧ ਭਾਅ ਜੀ ਨਾਲ ਗੱਲਾਂ ਕਰਕੇ ਬਹੁਤ ਸਾਰਾ ਕੁਝ ਸਿੱਖਿਆ ਜਾਵੇ, ਜਾਂ ਉਦੋਂ ਵੀ ਡਿਊਰਿੰਗ ਸ਼ੂਟ ਵੀ ਭਾਅ ਜੀ ਕੋਲੋਂ ਹੀ ਪੁੱਛਦੇ ਰਹੀਦਾ ਕਿ ਭਾਅ ਜੀ ਇਹ ਕਿੱਦਾਂ ਹੋ ਸਕਦਾ, ਇਹਦਾ ਹਾਵ ਭਾਵ ਕੀ ਹੋ ਸਕਦਾ। ਸੋ ਕਮਾਲ ਦਾ ਤੁਸੀਂ ਫਿਲਮ ਵੇਖੋਗੇ, ਆਈ ਪ੍ਰੋਮਿਸ ਕਿ ਮੈਨੂੰ ਲੱਗਦਾ ਕਿ ਇਸ ਤੋਂ ਖੂਬਸੂਰਤ ਔਰ ਹਸਾਉਣ ਵਾਲੀ ਫਿਲਮ ਸ਼ਾਇਦ ਕੋਈ ਬਣੀ ਹੋਏ।